ਕੀ ਨਾਮ ਵੀਰ ਜੀ ਤੁਹਾਡਾ ਜੀ? ਮੇਰਾ ਨਾਮ ਜੀ ਜੂਲ ਕਿਸ਼ੋਰ ਕਾਲਾ ਜੀ। ਕਿੱਥੋਂ ਦੇ ਰਹਿਣ ਵਾਲੇ? ਮੋਗੇ ਦੇ ਜੀ। ਤੁਹਾਡਾ ਕਿ ਟਰੈਕਟਰ ਵਾਲਾ ਚੋਰੀ ਹੋਇਆ, ਕਿੱਦਾਂ ਚੋਰੀ ਹੋਇਆ, ਕਿੱਥੇ ਖੜਾ ਸੀਗਾ ਇਹ ਟਰੈਕਟਰ? ਆਪਣਾ ਜੀ ਬੱਡੂਵਾਲ ਤੋਂ ਚੋਰੀ ਹੋ ਰਿਹਾ ਜੀ ਰਾਤ ਨੂੰ, ਅਤੇ ਆਪਾਂ ਨੂੰ ਮਿਲਿਆ ਜੀ ਇਹ ਫਿਰੋਜ਼ਪੁਰ ਜੀ ਬੋਰਡਰ ਏਰੀਆ ਜੀ। ਪਤਾ ਕਿੱਦਾਂ ਲੱਗਾ ਤੁਹਾਨੂੰ ਟਰੈਕਟਰ 'ਚ? ਆਪਣਾ ਜੀ ਪੀ ਐੱਸ ਲੱਗਾ ਸੀਗਾ ਜੀ ਟਰੈਕਟਰ 'ਤੇ, ਅਤੇ ਸੁਬਹਾ ਡਰਾਈਵਰ ਦਾ ਸਾਨੂੰ ਫੋਨ ਆਇਆ ਜੀ ਵੀ ਟਰੈਕਟਰ ਹੈ ਨਹੀਂ ਬਾਹਰ, ਅਤੇ ਅਸੀਂ ਉਹਦੀ ਦੇਖਿਆ ਜੋ ਮੋਬਾਈਲ ਦੇ ਵਿੱਚ, ਟਰੈਕਟਰ ਆਪਣਾ ਪਹੁੰਚ ਗਿਆ ਸੀ ਉਸ ਟਾਈਮ ਪਰ ਆਪਣਾ ਫਿਰੋਜ਼ਪੁਰ ਏਰੀਆ 'ਚ ਜੀ। ਅਤੇ ਅਸੀਂ ਫਿਰ ਧਰਮਕੋਟ ਆਏ ਜੀ, ਪੁਲਿਸ ਨੂੰ ਦਰਖਾਸਤ ਦਿੱਤੀ ਜੀ, ਦੋ ਮੁਲਾਜ਼ਮ ਨਾਲ ਲੈ ਕੇ ਜੀ, ਅਤੇ ਟਰੈਕਟਰ ਮੌਕੇ 'ਤੇ ਬਰਾਮਦ ਕੀਤਾ ਜੀ ਘਰੋਂ ਜੀ। ਕੋਈ ਸੀ ਸੀ ਟੀ ਵੀ ਵੀ ਇਹਦੀ? ਸੀ ਸੀ ਟੀ ਵੀ ਹੈਗੀਆਂ ਜੀ ਆਪਣੇ, ਜਦੋਂ ਟਰੈਕਟਰ ਪਿੰਡ 'ਚੋਂ ਗਿਆ ਜੀ ਉੱਥੋਂ ਬਾਹਰ ਕੈਮਰੇ ਲੱਗੇ ਸੀਗੇ ਜੀ, ਅਤੇ ਸੀ ਸੀ ਟੀ ਵੀ ਹੈਗੀ ਆ ਜੀ। ਪਰਾਲਾ ਤਕਰੀਬਨ 5 ਕਿਲੋਮੀਟਰ 'ਤੇ ਗਾਂਹ ਜਾ ਕੇ ਥੱਲੇ ਸੁੱਟ ਕੇ ਇਕੱਲਾ ਟਰੈਕਟਰ ਲੈ ਕੇ ਫਰਾਰ ਹੋ ਗਏ ਜੀ ਬੰਦੇ। ਕੀ ਨਾਮ ਵੀਰ ਜੀ ਤੁਹਾਡਾ? ਮਨਜੀਤ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਬੱਡੂਵਾਲ ਜੀ। ਮਨਜੀਤ ਸਿੰਘ, ਰਾਤ ਇੱਕ ਟਰੈਕਟਰ ਟਰਾਲਾ ਚੋਰੀ ਹੋਇਆ ਘਰ ਦੇ ਬਾਹਰੋਂ, ਕੀ ਆ ਪੂਰਾ ਮਾਮਲਾ? ਪੂਰਾ ਮਾਮਲਾ ਇਹ ਜੀ, ਮੈਂ ਟਰੈਕਟਰ ਟਰਾਲਾ ਇਹ ਕਾਫੀ ਲੰਮੇ ਸਮੇਂ ਤੋਂ ਚਲਾ ਰਿਹਾ ਜੀ। ਮੈਂ ਟਰੈਕਟਰ ਟਰਾਲਾ ਭਰ ਕੇ ਆਪਦੇ ਬਾਰ ਦੇ ਮੂਹਰੇ ਖੜਾ ਲੈਂਦਾ ਜੀ ਡੇਲੀ, ਅਤੇ ਰਾਤ ਵੀ ਜਦੋਂ ਮੈਂ ਆਇਆ ਆਪਦੇ ਘਰ ਰੋਟੀ ਪਾਣੀ ਖਾ ਕੇ ਸੁੱਤਾ, ਸਵੇਰੇ 4 ਵਜੇ ਮੈਂ ਉੱਠਿਆ ਜੀ, ਸਾਡੇ ਬਾਰ ਦੇ ਅੱਗੇ ਟਰੈਕਟਰ ਟਰਾਲਾ ਹੈ ਨਹੀਂ ਸੀਗਾ ਜੀ। ਉਦੋਂ ਬਾਅਦ 'ਚ ਮੈਂ ਆਪਦੇ ਮਾਲਕਾਂ ਨੂੰ ਫੋਨ ਲਾਇਆ ਵੀ ਆਪਣੇ ਬਾਰ ਦੇ ਅੱਗੇ ਟਰੈਕਟਰ ਟਰਾਲਾ ਹੈ ਨਹੀਂ ਗਾ ਜੀ। ਮਾਲਕਾਂ ਨੂੰ ਮੈਂ ਕਿਹਾ ਜੀ ਪੀ ਐੱਸ ਖੋਲ੍ਹ ਕੇ ਦੇਖਿਆ ਅਤੇ ਟਰੈਕਟਰ ਟਰਾਲਾ ਇੱਧਰ ਫਿਰੋਜ਼ਪੁਰ ਬਾਰਡਰ 'ਤੇ ਖੜਾ ਸੀਗਾ ਜੀ, ਅਤੇ ਟਰਾਲਾ ਉਹ ਰਾਹ ਦੇ ਵਿੱਚ ਛੱਡ ਕੇ ਇਕੱਲਾ ਟਰੈਕਟਰ ਭਜਾ ਕੇ ਲੈ ਗਏ ਜੀ। ਅਸੀਂ ਧਰਮਕੋਟ ਹਲਕੇ ਦੇ ਵਿੱਚ ਚੌਂਕੀ 'ਚ ਰਿਪੋਰਟ ਕੀਤੀ, ਉੱਥੋਂ ਮੁਲਾਜ਼ਮਾਂ ਨੂੰ ਨਾਲ ਲੈ ਕੇ ਉੱਥੋਂ ਘਰੋਂ ਟਰੈਕਟਰ ਬਰਾਮਦ ਕੀਤਾ ਜੀ। ਸਾਹਿਬ ਕੀ ਟਰੈਕਟਰ ਰਾਹ 'ਚ ਛੱਡ ਕੇ ਚਲੇ ਗਏ ਸੀਗੇ? ਇੱਟਾਂ ਦਾ ਭਰਿਆ ਟਰਾਲਾ ਉਹਨਾਂ ਨੇ ਰਾਹ 'ਚ ਸੁੱਟਤਾ ਜੀ ਕੱਢ ਕੇ, ਟਰੈਕਟਰ ਇਕੱਲਾ ਲੈ ਗਏ ਜੀ ਭਜਾ ਟਰੈਕਟਰ ਇਕੱਲਾ ਲੈ ਗਏ ਹਾਂਜੀ। ਘਰੋਂ ਉਹਨਾਂ ਨੇ ਸਣਾ ਉਹ ਟਰੈਕਟਰ ਟਰਾਲਾ ਉੱਥੋਂ ਘਰੋਂ ਸਣੇ ਦੋਨੇ ਚੀਜ਼ਾਂ ਹੀ ਤੋਰੀਆਂ, ਉਹਨੇ ਟਰੈਕਟਰ ਟਰਾਲਾ ਭਰਿਆ ਸੀਟਾਂ ਦਾ ਜੀ। ਕੋਈ ਇਹਦੀ ਸੀ ਸੀ ਟੀ ਵੀ ਹੈਗੀ ਹੈ? ਸੀ ਸੀ ਟੀ ਵੀ ਹੈਗੀ ਹੈ ਜੀ, ਉੱਥੇ ਆਪਣੇ ਸਾਹਮਣੇ ਘਰ ਦੇ ਕਰਿਆਨੇ ਵਾਲੀ ਦੁਕਾਨ ਆ ਜੀ, ਉਹਨਾਂ ਦੇ ਘਰ ਲੱਗਾ ਜੀ ਸੀ ਸੀ ਟੀ ਕੈਮਰਾ। ਤੁਹਾਨੂੰ ਫਿਰ ਸੀ ਸੀ ਟੀ ਤੋਂ ਪਤਾ ਲੱਗਿਆ ਸੀਗਾ? ਜੀ ਮੈਂ ਤਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਟਰੈਕਟਰ ਟਰਾਲਾ ਬਾਰ ਮੂਹਰੇ ਹੈ ਨਹੀਂ ਸੀਗਾ ਜੀ, ਅਤੇ ਉਦੋਂ ਬਾਅਦ 'ਚ ਮੈਂ ਆਪਦੇ ਮਾਲਕਾਂ ਨੂੰ ਫੋਨ ਕੀਤਾ ਜੀ। ਮਿਲਿਆ ਕਿੱਥੋਂ? ਮਿਲਿਆ ਫਿਰੋਜ਼ਪੁਰ ਬਾਰਡਰ ਤੋਂ। ਬੱਡੂਵਾਲ ਦਾ ਡਰਾਈਵਰ ਮਨਜੀਤ ਸਿੰਘ ਜੀ, ਉਹ ਟਰੈਕਟਰ ਟਰਾਲੇ ਦੇ ਡਰਾਈਵਰ ਸੀਗਾ ਜੀ। ਉਹਨੇ ਟਰਾਲਾ ਮੀਟਾਂ ਦਾ ਲੋਡ ਕਰਕੇ ਆਪਦੇ ਘਰ ਦੇ ਸਾਹਮਣੇ ਖੜ੍ਹਾ ਕੀਤਾ ਸੀਗਾ। ਰਾਤ ਨੂੰ ਕੋਈ ਨਾਮਲੂਮ ਬੰਦੇ ਉਸ ਤੋਂ ਚੋਰੀ ਕਰਕੇ ਲੈ ਗਏ, ਜਿਹਦੀ ਥਾਣੇ ਤਲਾਹ ਆਈ। ਤਲਾਹ ਆਉਣ ਤੋਂ ਬਾਅਦ 'ਚ ਉਹਦੀ ਮਗਰ ਸੀ ਪੀ ਐੱਸ ਸੀ ਲੱਗਾ ਹੋਇਆ ਸੀ, ਉਹਦੀ ਭਾਲ ਕਰਦੇ ਕਰਦੇ ਮਗਰ ਪਹੁੰਚ ਗਏ ਜਿਹੜਾ ਲੰਗੇਆਣਾ ਪਿੰਡ ਵਧੇ ਦੇ ਗੁਰਸੇਵਕ ਸਿੰਘ ਅਤੇ ਗੁਰਭੇਜ ਸਿੰਘ ਪੁੱਤਰ ਸਤਰਾਮ ਸਿੰਘ ਦੇ ਘਰੋਂ ਇਹ ਟਰੈਕਟਰ ਬਰਾਮਦ ਹੋਇਆ ਹੈ, ਅਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਤੋ ਜਿਹੜੇ ਗੁਰਭੇਜ ਸਿੰਘ ਅਤੇ ਗੁਰਸੇਵਕ ਸਿੰਘ ਦੋਨੇ ਭਗੌੜੇ ਹਨ। ਸਰ ਇਹ ਕਦੋਂ ਦਾ ਮਾਮਲਾ, ਕਦੋਂ ਦਾ ਸੀਗਾ? ਅੱਜ ਦਾ ਮਾਮਲਾ ਜੀ, ਅੱਜ ਰਾਤ ਦਾ 9 ਅਤੇ 10 ਤਰੀਕ ਦੇ ਰਾਤ ਦਾ ਮਾਮਲਾ। ਸਰ ਪਤਾ ਕਿੱਦਾਂ ਲੱਗਿਆ ਵੀ ਟਰੈਕਟਰ ਫਿਰੋਜ਼ਪੁਰ ਜ਼ਿਲ੍ਹੇ 'ਚ ਪਹੁੰਚ ਗਿਆ? ਇਹ ਸੀ ਪੀ ਐੱਸ ਸੀ ਲੱਗਾ ਸੀ ਜੀ ਉਹਦੇ। ਜਿਹੜੇ ਚੋਰ ਸੀ ਉਹ ਫੜ ਲਏ ਗਏ ਜੀ? ਨਹੀਂ ਜੀ, ਉਹ ਭਗੌੜਿਆ ਜੀ, ਘਰੋਂ ਭੱਜ ਗਿਆ ਜੀ।